ਸਰਵਣ ਸੰਗ ਪਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰ ਸਕੱਤਰ ਬੋਲਦਾ ਹਾਂ ਜੀ ਜਿਹੜਾ ਭਾਰ ਸਰਕਾਰ ਵੱਲੋਂ ਸੱਦਾ ਆਇਆ ਉਹਦੇ ਸੰਦਰਭ ਵਿੱਚ ਲੰਮੀ ਵਿਚਾਰ ਚਰਚਾ ਤੋਂ ਬਾਅਦ ਨਵੀਂ ਦਿੱਲੀ ਵਿੱਚ ਸੱਦੀ ਮੀਟਿੰਗ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਜੜੇ ਉਹ ਖੇਤੀਬਾੜੀ ਸਕੱਤਰ ਜਿਹੜੇ ਨੇ ਭਾਰ ਸਰਕਾਰ ਜਿਹੜੀ ਉਹਨਾਂ ਨੇ ਮੀਟਿੰਗ ਸੱਦੀ ਆ ਅਸੀਂ ਸਮਝਦੇ ਹਾਂ ਕਿ ਉਹ ਕੋਈ ਇਹ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਥਾਰਟੀ ਨਹੀਂ ਰੱਖ ਰਹੇ ਜੇ ਮੀਟਿੰਗ ਹੋਣੀ ਚਾਹੀਦੀ ਆ ਤੇ ਪ੍ਰਧਾਨ ਮੰਤਰੀ ਨਾਲ ਹੋਣੀ ਕੀ ਜਿਹੜੇ ਫੈਸਲੇ ਕਰ ਸਕਦੇ ਆ ਦੂਸਰਾ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਪੰਜਾਬ ਜਾ ਕੇ ਜਿਹੜੇ ਬਿਆਨ ਦੇ ਰਹੇ ਆ ਵੀ ਕਿਸਾਨ ਗੁੰਮਰਾਹ ਹੋਏ ਹੋਏ ਆ ਇਹਦਾ ਮਤਲਬ ਦੋ ਤਿੰਨ ਮਹੀਨਿਆਂ ਦੇ ਚੱਲ ਰਹੇ ਸੰਘਰਸ਼ਾਂ ਦੇ ਪਾਣੀ ਫੇਰਿਆ ਜਾ ਰਿਹਾ ਇਹ ਗੱਲਬਾਤ ਚ ਕੋਈ ਹੈ ਫੈਸਲਾ ਨਾ ਆਉਣ ਵਾਲੀਆਂ ਗੱਲਾਂ ਪਹਿਲੋਂ ਸਾਹਮਤ ਆ ਰੀਆਂ ਦੂਸਰਾ ਜੇ ਖੇਤੀਬਾੜੀ ਸਿਕੱਤਰ ਸਾਨੂੰ ਕਾਨੂੰਨਾਂ ਦੀ ਸਹੀ ਜਾਣਕਾਰੀ ਦੇਣ ਲਈ ਸੱਦ ਰਹੇ ਤੇ ਉਹ ਸਾਨੂੰ ਪਹਿਲੋਂ ਹੀ ਹੈਗੀ ਆ ਅਗਲੀ ਗੱਲ ਇਹ ਆ ਕਿ ਹਰਿਆਣੇ ਦੇ ਕਿਸਾਨਾਂ ਨੂੰ ਇਹਦੇ ਵਿੱਚ ਨਹੀਂ ਸੱਦਿਆ ਗਿਆ ਨਾ ਦੇਸ਼ ਲੈਵਲ ਤੇ ਕੋਈ ਸੱਦਾ ਪੱਤਰ ਦਿੱਤਾ ਗਿਆ ਇੱਕ ਪਾੜਨ ਵਾਲੀ ਨੀਤੀ ਵੀ ਆ ਸਰਕਾਰ ਦੀ ਇਹ ਤੋਂ ਕਹਾ ਹਰਿਆਣਿਆਂ ਨੂੰ ਸੱਦਿਆ ਨਹੀਂ ਗਿਆ ਕਿਸਾਨਾਂ ਨੂੰ ਤਾਂ ਉਹਨਾਂ ਤੇ ਜ਼ੁਲਮ ਵੀ ਜਿਵੇਂ ਖੱਟਾ ਸਰਕਾਰ ਨੇ ਕੀਤਾ ਹੰਝੂ ਗੈਂਸ ਜਿਵੇਂ ਪਾਣੀ ਦੀਆਂ ਬੁਸ਼ਾਰਾਂ ਜ਼ਬਰ ਕੀਤਾ ਜਿਹੜਾ ਵਾ ਉਹ ਹਾਲਾਤ ਵੀ ਇਹ ਮੀਟਿੰਗ ਵਿੱਚ ਨਾ ਜਾਣ ਲਈ ਸਾਨੂੰ ਸੱਦਾ ਦੇ ਰਹੇ ਨੇ ਕਿ ਸਾਨੂੰ ਇਸ ਮੀਟਿੰਗ ਵਿੱਚ ਨਹੀਂ ਜਾਣਾ ਚਾਹੀਦਾ ਸੋ ਇਹ ਤੋਂ ਕਾ ਕੋਈ ਗੱਲਬਾਤ ਵਿੱਚ ਸਾਡੇ ਜਥੇਬੰਦੀਆਂ ਦੇ ਨੁਮਾਇंदे ਜਾਣਾ ਚਾਹਣਗੇ ਸਾਨੂੰ ਉਹਦੇ ਤੇ ਇਤਰਾਜ ਕੋਈ ਨਹੀਂ ਹੈਗਾ ਸੋ ਇਸ ਇਹਨਾਂ ਗੱਲਾਂ ਵਿੱਚ ਧਿਆਨ ਨੂੰ ਰੱਖਦੇ ਆ ਜੇ ਭਾਰਤ ਸਰਕਾਰ ਕਾਨੂੰਨ ਰੱਦ ਕਰਨ ਲਈ ਕੋਈ ਮੀਟਿੰਗ ਰੱਖਦੀ ਆ ਤੇ ਉਹਦੇ ਸੰਬੰਧੀ ਅਸੀਂ ਜਿਹੜਾ ਵਾ ਉਹ ਮਤਲਬ ਮੀਟਿੰਗ ਜਾਣ ਨੂੰ ਆ ਤੇ ਅੱਜ ਸਾਡੀ ਜਥੇਬੰਦੀ ਥਰੂਆਊਟ ਪੂਰੇ ਪੰਜਾਬ ਦੇ ਵਿੱਚ ਖੱਟਰ ਤੇ ਮੋਦੀ ਸਰਕਾਰ ਦੇ ਅਰਥੀ ਫੂਕ ਮੁਜਾਰੇ ਕਰੂਗੀ ਕਿਉਂਕਿ ਜਿਹੜਾ ਜ਼ੁਲਮ ਹਰਿਆਣੇ ਦੇ ਕਿਸਾਨਾਂ ਦੇ ਟਾਇਆਗਾ ਉਹ ਤੱਕਾਕੀਤਾ ਉਹਦੇ ਖਿਲਾਫ ਲਹਿਰ ਬਣਾਵਾਂਗੇ ਇਹ ਤੋਂ ਗਾਹਾਂ ਦੁਸ਼ਹਿਰੇ ਤੇ ਜਿਹੜੇ ਕਾਰਪੋਰੇਟ ਘਰਾਣਿਆਂ ਕਾਰਪੋਰੇਟ ਘਰਾਣ ਰਾਮਣ ਰੂਪੀ ਕਾਰਪੋਰੇਟ ਘਰਾਣੇ ਨੇ ਤੋਂ ਉਹਨਾਂ ਦੇ ਜੁੰਡੀਦਾਰ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਤੇ ਜਿਹੜੇ ਆ ਅਸੀਂ ਪੁਤਲੇ ਫੂਕਾਂਗੇ ਇਹ ਇਹ ਫੈਸਲਾ ਕੀਤਾ ਵਾ ਸੋ ਇਸ ਕਰਕੇ ਸਾਰਿਆਂ ਨੂੰ ਭਰਾਓ ਬੇਨਤੀ ਆ ਵੀ ਇਹਨਾਂ ਕਾਰਨਾ ਕਰਕੇ ਸਾਨੂੰ ਅਸੀਂ মিডিਆ ਦਾ ਇਵੈਂਟ ਨਹੀਂ ਚਾਹੁੰਦੇ ਵੀ মিডিਆ ਦਾ ਮੀਟਿੰਗ ਇਵੈਂਟ ਹੋਵੇ ਵੀ ਕਿਸਾਨ ਜਾ ਰਹੇ ਆ ਕਿਸਾਨ ਆ ਰਹੇ ਆ ਤੇ ਉਹਦਾ ਕੋਈ ਰਿਜ਼ਲਟ ਨਾ ਨਿਕਲੇ ਸੋ ਗੱਲਬਾਤ ਦਾ ਮਾਹੌਲ ਹੀ ਨਹੀਂ ਤੇ ਮੋਦੀ ਸਰਕਾਰ ਤਾਂ ਸੀਰੀਅਸ ਹੈ ਹੀ ਨਹੀਂ ਗੱਲਬਾਤ ਲਈ ਤੇ ਜਿਹੜੀ ਕੈਪਟਨ ਸਰਕਾਰ ਦਾ ਬਿਆਨ ਆ ਗਿਆ ਅਸੀਂ ਕਰੋਨਾ ਤੋਂ ਬਾਅਦ ਜਿਹੜਾ ਵਾ ਠੀਕ ਹੋ ਜੂ ਫਿਰ ਜਲਾਰ ਸੱਦਾਂਗੇ ਜਿਹੜਾ ਕਿਸਾਨਾਂ ਨੂੰ ਨਾ ਭਰੋਸਾ ਦਿੱਤਾ ਸੀ ਜਿਹੜੇ ਬਿਆਨ ਆਏ ਸਾਡੇ ਭਰਾਵਾਂ ਦੇ ਭਰੋਸਾ ਦਿੱਤਾ ਗਿਆ ਉਹ ਭਰੋਸੇ ਦਾ ਕੀ ਬਣ ਗਿਆ ਸੋ ਇਸ ਕਰਕੇ ਸਾਰੀਆਂ ਪ੍ਰਿਟੀਕਲ ਪਾਰਟੀਆਂ ਪੂਰੀ ਤਰ੍ਹਾਂ ਕੇਂਦਰ ਨਾਲ ਰਲ ਕੇ ਸਾੜਾ ਸ਼ਰਯੰਤਰ ਕਰ ਰਹੀਆਂ ਨੇ ਤੇ ਇਹ ਇਸ ملک ਕਿਸਾਨਾਂ ਦੇ ਜਿਹੜੇ ਅੰਦੋਲਨਿਆਂ ਨੂੰ ਲੀਹੋਂ ਲਾਉਣ ਲਈ ਚੱਲ ਰਿਹਾ ਸੋ ਪੂਰੀ ਤਰ੍ਹਾਂ ਤਿਆਰ ਹੋ ਇਹ ਅੰਦੋਲਨ ਨੂੰ ਖਿੱਤਕੇ ਵੀ ਲੈ ਕੇ ਜਾਵਾਂਗੇ ਸਾਰਾ ਦੇਸ਼ ਸਾਰਾ ਪੰਜਾਬ ਸਾਰਾ ਹਰਿਆਣਾ ਇਹਨਾਂ ਦੇ ਖਿਲਾਫ ਅੰਦੋਲਨ ਲੜੂਗਾ ਤੇ ਇਹ ਜਿਹੜੇ ਆ ਜਦੋਂ ਤੱਕ ਰੱਦ ਨਹੀਂ ਕਰਾ ਲੈਂਦੇ ਇਹ ਕਾਨੂੰਨ ਉਦੋਂ ਤੱਕ ਸੰਘਰਸ਼ ਜਿਹੜਾ ਵਾ ਉਹ ਜਾਰੀ ਰੱਖਾਂਗੇ ਧੰਨਵਾਦ